2005 ਦੇ ਵਿੱਚ ਅੱਖਾਂ ਬੰਦ ਹੋਈਆਂ ਨੇ ਤਾਂ ਉਸ ਤੋਂ ਅੱਖ ਬੰਦ ਕਿਵੇਂ ਹੋਈ, ਕੀ ਪ੍ਰੋਬਲਮ ਕੀ ਆਈ, ਕੀ ਐਸੀ ਬਿਮਾਰੀ ਆਈ? ਕਹਿੰਦੇ ਬਾਹਰ ਗਿਆ ਤਾ ਜੀ, ਬਸ ਸਕੂਟਰ ਹੁੰਦੇ ਚਾਣ ਕੇ ਪਤਾ ਨਹੀਂ ਇੱਕ ਲੱਤ ਖੰਪਰੇ ਨੇ ਆ ਗਿਆ। ਬਲਿਹਾਰ ਜੀ, ਤੁਸੀਂ ਵੀ ਕੁਛ ਹੱਦ ਤੱਕ ਇਸ ਦੁਨੀਆਂ ਨੂੰ ਦੇਖਿਆ, ਸੇਵਾ ਸਿੰਘ ਜੀ ਤੁਸੀਂ ਵੀ ਇਸ ਹੱਦ ਕਿਸੇ ਕੁਛ ਹੱਦ ਤੱਕ ਤੁਸੀਂ ਇਹ ਦੁਨੀਆਂ ਦੇਖੀ ਹੈ, ਇੱਕ ਬਹੁਤ ਸੋਹਣੇ ਸੋਹਣੇ ਰੰਗ ਸੀਗੇ, ਹੁਣ ਰੰਗਹੀਨ ਹੋ ਚੁੱਕੇ ਹੋ, ਕੋਈ ਰੋਸਾ ਹੈ ਰੱਬ ਤੋਂ ਕਿ ਵੀ ਅਸੀਂ ਕੀ ਗੁਨਾਹ ਕੀਤਾ ਸੀ ਵੀ ਸਾਡੀ ਨਿਗਾਹ ਇੱਕਦਮ ਜਿਹੜੀ ਦੋਵਾਂ ਭਰਾਵਾਂ ਦੀ ਸਾਡੀ ਬੰਦ ਕਰਤੀ? ਰੱਬ ਤੋਂ ਰੋਸਾ ਤਾਂ ਕੋਈ ਨਹੀਂ ਜੀ, ਮੌਜਾ ਜੀ ਪਰਮਾਤਮਾ ਦੀ। ਬਲਿਹਾਰ ਜੀ, ਸੇਵਾ ਸਿੰਘ ਜੀ, ਕੋਈ ਮਦਦ ਹੁਣ ਤੱਕ ਸਰਕਾਰ ਵੱਲੋਂ ਪਹੁੰਚੀ, ਕਿਉਂਕਿ ਅਨਹੀਨ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਪੈਨਸ਼ਨ ਵੀ ਲੱਗੀ ਹੁੰਦੀ ਹੈ, ਕੋਈ ਪੈਨਸ਼ਨ ਮਿਲਦੀ ਹੈ ਤੁਹਾਨੂੰ? ਇਹਨੂੰ ਮਿਲਦੀ ਜੀ, ਮੇਰੀ ਬੰਦ ਹੋ ਗਈ। ਕਿੰਨੇ ਮਿਲਦੇ ਨਹੀਂ? 750। ਰੋਟੀ ਪਾਣੀ ਦਾ ਕਿਵੇਂ ਕਰਦੇ ਹੋ ਤੁਸੀਂ? ਰੋਟੀ ਪਾਣੀ ਦਾ ਬਾਬਾ ਜੀ ਆਈ, ਕਈ ਵਾਰ ਗੁਰਦੁਆਰੇ, ਇਹ ਵੀ ਵਿਚਾਰਾ ਗੁਰਦੁਆਰੇ ਖਾਂਦਾ, ਇਹ ਵਿਚਾਰੇ ਲੈ ਜਾਂਦੇ ਆ ਮੈਨੂੰ ਸਵੇਰੇ, ਉੱਥੇ ਖਿਲਾ ਦਿਓ, ਸ਼ਾਮ ਨੂੰ ਫਿਰ ਲੈ ਜਾਂਦੇ ਖਿਲਾ ਦਿਓ। ਬਹੁਤ ਮੁਸ਼ਕਲ ਹੈ, ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਇੱਕ ਤਾਂ ਜਿਹੜੇ ਸ਼ੁਰੂ ਤੋਂ ਨਹੀਂ ਦੇਖ ਸਕਦੇ ਕਿਉਂਕਿ ਉਹਨਾਂ ਨੇ ਦੁਨੀਆਂ ਦੇਖੀ ਹੀ ਨਹੀਂ, ਦੁਨੀਆਂ ਦੇਖਣ ਦਾ ਚਾਅ ਹੁੰਦਾ, ਪਰ ਇੱਕ ਉਹ ਬਾਪ ਮੇਰੇ ਸਾਹਮਣੇ ਇਸ ਸਮੇਂ ਬੈਠਾ ਆ, ਮੈਂ ਤਾਂ ਸੁਣ ਕੇ ਹੈਰਾਨ ਹੋ ਚੁੱਕਾ ਹਾਂ ਕਿ ਜਿਸਦੀ ਇੱਕ ਧੀ ਸੀ ਉਹ ਆਪਣੀ ਧੀ ਨੂੰ ਦੇਖਣ ਵਾਸਤੇ ਹੁਣ ਤਰਸਦਾ। ਅਕਸਰ ਕਈ ਵਾਰ ਇੱਦਾਂ ਹੋ ਜਾਂਦਾ ਵੀ ਜਦੋਂ ਹੁਣ ਅਸੀਂ ਬਾਹਰੋਂ ਆਏ ਹਾਂ, ਕਈ ਵਾਰ ਸਾਨੂੰ ਇਹ ਆਪਣਾ ਇੰਨਾ ਦੁੱਖ ਨਾ ਦੱਸਦੇ ਹੋਣ, ਕੋਈ ਦੁੱਖ ਸ਼ਾਇਦ ਤੁਹਾਡੇ ਨਾਲ ਸਾਂਝਾ ਕਰਦੇ ਹੋਣਗੇ, ਦਿਲਾਂ ਦੇ ਜਿਹੜੇ ਵਰਖੇ ਹੋਣਗੇ ਤੁਹਾਡੇ ਨਾਲ ਫੋਲਦੇ, ਬਹੁਤ ਬਹੁਤ ਕਰਦੇ ਇੱਦਾਂ ਤਾਂ, ਅਸੀਂ ਇੱਦਾਂ ਤਾਂ ਸਾਰੇ ਦੁੱਖ ਸੁੱਖ ਕਰਦੇ ਹਾਂ। ਜੇ ਕੋਈ ਨੂੰ ਇਹ ਕਹਿਣਾ ਵੀ ਜਿੰਨਾ ਚਿਰ ਤੱਕ ਮੈਂ ਹੈਗਾ ਮੇਰੀ ਨਿਗਾਹ ਤੁਰਦਾ ਫਿਰਦਾ ਵੀ ਉਹਨਾਂ ਚਿਰ ਤੱਕ ਨਹੀਂ ਤੁਹਾਨੂੰ ਕੁਛ ਹੋਣਾ। ਰਿਸ਼ਤੇਦਾਰ ਤਾਂ ਇੱਕ ਥੰਮ ਹੁੰਦੇ ਨੇ, ਰੀੜ੍ਹ ਦੀ ਹੱਡੀ ਹੁੰਦੇ ਨੇ ਬੰਦੇ ਦੀ, ਅਤੇ ਕੋਈ ਰਿਸ਼ਤੇਦਾਰ ਇਹਨਾਂ ਤੱਕ ਪਹੁੰਚੇ ਨਹੀਂ ਇਹਨਾਂ ਦੇ? ਨਾ ਜੀ ਨਾ, ਮੈਂ ਤਾਂ ਕਦੇ ਕੋਈ ਦੇਖਿਆ ਨਹੀਂ, ਮੈਂ ਕਦੇ ਇਹਨਾਂ ਦਾ ਕੋਈ ਰਿਸ਼ਤੇਦਾਰ ਦੇਖਿਆ। ਜਿਸ ਟਾਈਮ ਭੋਗ ਪਿਆ ਇਹਨਾਂ ਦੀ ਮਾਈ ਦਾ, ਜਦ ਸਾਰੇ ਰਿਸ਼ਤੇਦਾਰ ਆਏ ਹੋਏ ਸੀ, ਮੁੜ ਕੇ ਕੋਈ ਰਿਸ਼ਤੇਦਾਰ ਨਹੀਂ ਦੇਖਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਅਕਸਰ ਰੱਬ ਨਾਲ ਬੜੇ ਰੋਸੇ ਹੁੰਦੇ ਨੇ ਲੋਕਾਂ ਦੇ ਕਿ ਸਾਨੂੰ ਇਹ ਨਹੀਂ ਮਿਲਿਆ ਜ਼ਿੰਦਗੀ ਦੇ ਵਿੱਚ, ਇਹ ਨਹੀਂ ਮਿਲਿਆ, ਬੜੇ ਖੁਆਬ ਹੁੰਦੇ ਨੇ। ਇਸ ਚੀਜ਼ ਦਾ ਮੈਂ ਅਕਸਰ ਜ਼ਿਕਰ ਕਰਦਾ ਕਿਉਂਕਿ ਖੁਆਬ ਐਸੇ ਇੱਕ ਚੀਜ਼ ਹੈ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਦੇ ਮੁੱਕਦੇ ਨਹੀਂ। ਇੱਕ ਆਮ ਤੁਰਨ ਵਾਲਾ ਬੰਦਾ ਸੋਚਦਾ ਕਿ ਮੇਰੇ ਕੋਲ ਸਾਈਕਲ ਹੋਵੇ, ਸਾਈਕਲ 'ਤੇ ਜਾਣ ਵਾਲਾ ਬੰਦਾ ਸੋਚਦਾ ਕਿ ਮੇਰੇ ਕੋਲ ਮੋਟਰਸਾਈਕਲ ਹੋ ਜਾਵੇ, ਫਿਰ ਮੋਟਰਸਾਈਕਲ ਤੋਂ ਬਾਅਦ ਗੱਡੀ ਦੀ ਡਿਮਾਂਡ ਹੁੰਦੀ ਹੈ, ਫਿਰ ਇੱਕ ਹੋਰ ਵੱਡੀ ਚੀਜ਼ ਦੀ ਡਿਮਾਂਡ ਹੁੰਦੀ ਹੈ। ਜਿਹੜੀ ਇਹ ਡਿਮਾਂਡ ਹੈ ਕਦੇ ਖਤਮ ਨਹੀਂ ਹੁੰਦੀ, ਪਰ ਕਦੇ ਉਹਨਾਂ ਲੋਕਾਂ ਬਾਰੇ ਸੋਚਿਆ ਵੀ ਜਿਨ੍ਹਾਂ ਕੋਲ ਇਹ ਕੁਛ ਵੀ ਨਹੀਂ ਹੈ? ਅਕਸਰ ਆਪਾਂ ਇਸ ਸੋਹਣੀ ਦੁਨੀਆ ਨੂੰ ਆਪਣੀ ਨਿਗਾਹਾਂ ਦੇ ਨਾਲ ਦੇਖਦੇ ਹਾਂ, ਬੜੀ ਕੁਦਰਤ ਨੇ, ਬੜੇ ਸੋਹਣੇ ਸੋਹਣੇ ਰੰਗ ਭਰੇ ਨੇ ਦੁਨੀਆ ਦੇ ਵਿੱਚ, ਪਰ ਕਈ ਸ਼ਖਸ ਐਸੇ ਨੇ ਜੋ ਇਸ ਦੁਨੀਆ ਨੂੰ ਦੇਖ ਤਾਂ ਸਕ ਚੁੱਕੇ ਨੇ ਪਰ ਹੁਣ ਨਹੀਂ ਦੇਖ ਸਕਦੇ, ਨੇਤਰਹੀਣ ਹੋ ਚੁੱਕੇ ਨੇ। ਮੈਂ ਇਸ ਸਮੇਂ ਪਿੰਡ ਕੋਟਲਾ ਬੜਲਾ ਦੇ ਵਿੱਚ ਹਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਇਹ, ਖਮਾਣੋ ਦੇ ਨਜ਼ਦੀਕ, ਖੰਨੇ ਤੋਂ ਵੀ ਨਜ਼ਦੀਕ ਪੈਂਦਾ ਇਹ ਪਿੰਡ ਦੇਖਿਆ ਜਾਵੇ ਤਾਂ। ਤਾਂ ਇਸ ਪਿੰਡ ਦੇ ਵਿੱਚ ਆਉਣ ਦਾ ਖਾਸ ਕਾਰਨ ਇਹ ਹੈ ਕਿ ਇੱਥੋਂ ਦੇ ਦੋ ਭਰਾ ਨੇ, ਸਕੇ ਭਰਾ ਨੇ, ਜਿਨ੍ਹਾਂ ਦੀ ਨਿਗਾਹ ਨਹੀਂ। ਮੈਂ ਦੱਸ ਦੇਵਾਂ ਕਿ ਕਈ ਵਾਰ ਬੋਲਦੇ ਹੋਏ ਤਾਂ ਮੇਰਾ ਵੀ, ਮੈਂ ਇਮੋਸ਼ਨਲ ਹੋ ਰਿਹਾ ਕਿਉਂਕਿ ਜਿਹੜੀ ਸਿਚੁਏਸ਼ਨ ਇਸ ਸਮੇਂ ਇਸ ਇਹਨਾਂ ਦੇ ਘਰ ਦੀ ਹੈ ਅਤੇ ਇਹਨਾਂ ਬਾਈ ਉਹਨਾਂ ਦੀ ਹੈ, ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ, ਪਹਿਲਾਂ ਬਾਈ ਉਹਨਾਂ ਨਾਲ ਸਿੱਧੀ ਗੱਲਬਾਤ ਕਰਾਂਗੇ। ਕੀ ਨਾਮ ਹੈ, ਕੀ ਨਾਮ ਹੈ ਬਾਈ ਜੀ ਆਪਣਾ? ਬਲਿਹਾਰ ਸਿੰਘ ਜੀ। ਬਲਿਹਾਰ ਸਿੰਘ ਜੀ, ਕੀ ਉਮਰ ਕਿੰਨੀ ਹੈ ਆਪਣੀ? 45 ਸਾਲ ਦੀ ਹੋ ਗਈ ਜੀ। 45 ਸਾਲ, ਹਾਂਜੀ। ਅੱਛਾ, ਸ਼ੁਰੂਆਤ ਮੈਂ ਇੱਥੋਂ ਕਰੂੰਗਾ ਕਿ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਹੈ? ਦੋਵੇਂ ਭਰਾ ਜੀ ਅਸੀਂ। ਦੋ ਭਰਾ ਹੋ ਜੀ, ਹਾਂਜੀ। ਅੱਛਾ, ਕੋਈ ਜਿਵੇਂ ਸ਼ੁਰੂਆਤ ਦੇ ਵਿੱਚ ਜਿਵੇਂ ਹੁਣ ਤੁਹਾਡੀ ਇੱਕ ਅੱਖ ਬੰਦ, ਦੋਨੇ ਅੱਖਾਂ ਹੁਣ ਪੂਰਨ ਤੌਰ 'ਤੇ ਬੰਦ ਨੇ, ਹਾਂਜੀ, ਇਹ ਸ਼ੁਰੂ ਤੋਂ ਹੀ ਸੀ ਬਾਈ ਬਰਥ ਇੱਦਾਂ ਦੀ ਸੀਗੀਆਂ, ਬਚਪਨ ਤੋਂ ਹੀ ਇੱਦਾਂ ਸੀਗੀਆਂ ਜਾਂ ਬਾਅਦ ਦੇ ਵਿੱਚ ਜਿਹੜੀਆਂ ਅੱਖਾਂ ਬੰਦ ਹੋਈਆਂ? ਇੱਕ ਤਾਂ ਮੇਰੀ ਬਚਪਨ ਤੋਂ ਖਰਾਬ ਸੀ ਜੀ, ਦੂਸਰੀ ਅੱਖ ਦੀ 25% ਨਿਗਾਹ ਸੀ, ਉਹ ਵੀ ਮੇਰੀ 20 ਸਾਲ ਹੋ ਗਏ ਬੰਦ ਹੋ ਗਈ ਜੀ। ਅੱਛਾ, ਹਾਂਜੀ। ਅੱਛਾ, ਉਸ ਤੋਂ ਪਹਿਲਾਂ 25% ਤੁਹਾਨੂੰ ਦਿਖਦਾ ਹੁੰਦਾ ਸੀ? ਹਾਂਜੀ। ਕੋਈ ਕੰਮ ਕਾਰ ਕਰਦੇ ਸੀ ਉਸ ਸਮੇਂ? ਨਹੀਂ, ਕੋਈ ਕੰਮ ਨਹੀਂ ਤਾਂ ਹੁੰਦਾ ਜੀ। ਪਰਿਵਾਰ ਦੇ ਵਿੱਚ ਹੁਣ ਤਾਂ ਤੁਸੀਂ ਦੋ ਭਰਾ ਹੋ, ਹਾਂਜੀ, ਸੋ ਪਹਿਲਾਂ ਕੌਣ ਕੌਣ ਸੀ? ਪਹਿਲਾਂ ਮੈਂ ਅਤੇ ਮੇਰਾ ਭਰਾ ਸੀ, ਮੇਰੀ ਮਾਤਾ ਦੀ, ਬਸ ਤਿੰਨ ਮੈਂਬਰ ਸੀ। ਅੱਛਾ, ਮਾਤਾ ਜੀ? ਮਾਤਾ ਦੀ ਡੈਥ ਹੋ ਗਈ ਜੀ। ਕਿੰਨਾ ਟਾਈਮ ਹੋ ਗਿਆ? ਇੱਕ ਸਾਲ ਹੋ ਗਿਆ ਜੀ। ਇੱਕ ਸਾਲ ਪਹਿਲਾਂ, ਹਾਂਜੀ। ਉਹਨਾਂ ਦੀ ਕਿਸ ਕੀ ਕਿਉਂ ਕਿਵੇਂ ਬਿਮਾਰ ਸੀਗੀ, ਕੀ ਸੀ? ਉਹ ਬਸ ਟੈਨਸ਼ਨ ਲੈਂਦੇ ਸੀ, ਅਟੈਕ ਹੋ ਗਿਆ ਜੀ ਉਹਨਾਂ ਨੂੰ। ਅੱਛਾ, ਸਾਡੀ ਉਹ ਟੈਨਸ਼ਨ ਲੈਂਦੇ ਸੀ ਉਹ ਵੀ ਕੀ ਕਰਨਗੇ, ਕੀ ਹੋਊ ਬਾਅਦ 'ਚੋਂ,
अटैक हो गया जी उन्होंने। अच्छा परिवार के जो फादर साहब से काम करते होंगे? वह पुलिस में थे जी। पुलिस में? हाँ जी। उन्होंने किवें डैथ हुई? वह बीमार हो गए थे जी, उन्होंने डैथ तो हो गई थी जी पुलिस के। फिर उस तो बाद जिमें पुलिस की नौकरी जी अगे एक बच्चे मिल जाती होंगी, फिर तुम्हें नौकरी नहीं दी गई? नहीं नौकरी नहीं, नहीं नौकरी कोई नहीं जी मिली। साड़ी माता पेंशन लग गई जी 10,000 रुपया। अच्छा। हाँ जी वो 10,000 ना सा गुजारा होता जी दिना पर मैंबर का। हूँ तो माता जी भी जो एक्सपायर हो गए हैं चले गए, फिर उन्होंने पेंशन हूँ थोड़ा मिलती है? नहीं हूँ नहीं बनती। केस चलता साडा हूँ। केस कहता? पेंशन बारे केस लाया जी कोर्ट ने। उन्होंने फार असी एप्लीकेशन लाई थी जी, उन्होंने साढ़े तराज लाया भी थोड़ा घर का मैंबर थोड़ा है नहीं कोई, थोड़ी दोहों की निगाह नहीं हैगी ये तुम सू कोर्ट राही गार्डियन दो। तो तकरीबन सू साल डेढ़ साल हो गया तो साडा हजे कोई होया नहीं चांस हैगा। अजे भी जानी कोई पता नहीं है भी साल लग जाए तो 6 महीने लग जाना कोई पक्का पा जो नहीं है जी। अच्छा बलिहार जी एक चीज़ मैं थोड़े तो जरूर पूछनी चाहूँगा। हाँ जी। कि मुश्किल नहीं होंगी बिना निगाहों तो मुश्किल तुरना? मुश्किल तो है जी, हम मजबूरी करिए कि जी। अच्छा दिखाने की कोशिश नहीं की यार 25% काम करती सी? दिखाई है जी, दिखाते है जी, डॉक्टर कहते भी काला मोतिया भी तो बनना कुछ नहीं है भी, जिन्ना चेर हैगी घट गई तो बाद कुछ नहीं है। अच्छा मेरे छोटे ब्रदर ने अपने? हाँ जी। की नाम है जी अपना? सेवा सिंह भाई। सेवा सिंह जी। अच्छा सेवा सिंह जी तुहाड़ी निगाह तुहाड़ी भी बचपन तो सी कि बाद दे विच जाके अखां बंद हुई ने? ते बाद च हुई है जी। किन्ना समा हो गया? 2005 च। की होया सीगा भी अचानक अखां बंद हो गई? उस तो पहला पूरा चंगी तरह दिखता सीगा? हाँ जी हाँ, गड्डी चलाउंदे पहला मैं। अच्छा ड्राइवर सीगे तुसीं? हाँ जी हाँ। ते 2005 दे विच अखां बंद हुई ने, तां उस तो अख बंद किवें हुई? की प्रॉब्लम की आई? की ऐसी बीमारी आई? कहते बाहर गया था जी। अच्छा। बस स्कूटर चलाने अचानक पता नहीं लगे 1,00,000 खंपरे ने रहा गया। एको लाख? हाँ जी। स्कूटर भी कहता था किसी जिदे नाल गया स्कूटर उन्होंने ही था। अच्छा। हाँ। उस तो बाद फिर दिखाया नहीं डॉक्टर उन्होंने? दिखाया नहीं की प्रॉब्लम आई है? दिखाया तो हैगा जी, बट डॉक्टर को कई थो फिर उस तो बाद फिर डॉक्टर ने कहा जो अपने सरकारी थी वो कहना भी मारा गया दस कर भी नहीं बनने का चांस तेरा कोई नहीं है। अच्छा पता लगे कि विआह होया सी अपना, विआह किहड़े साल दे विच होया सी? मेरा जी 2002 च होया। 2002 च विआह होया सी? कोई बच्चा सीगा अपना? हुण परिवार वाले किथे ने? वो तां जी अपने छड्ड गए जी। हाँ जी छड्ड गए थे। छड्ड गए सीगे? लापी पिंड विआह लै विआह करा लिया जी उन्हें, मरंडे को चलाकी पिंड जी। हाँ जी। उत्थे विआह करा लिया उन्होंने। निगाह बंद की उन्होंने कहा पर लगा भी निगाह बंद होने से करा क्या भावे तलाक फिर तलाक हो गया। बच्चे बच्चे किन्ने सीगे अपने? कुड़ी थी एक बच्चा। हाँ। कुड़ी सी? हाँ। कुड़ी मिलते होने हूँ? याद आनी है बच्चे की? अच्छा बलिहार जी तुसी भी कुछ हद तक इस दुनिया नूं देखिया, सेवा सिंह जी तुसी भी इस हद किस कुछ हद तक तुसी इह दुनिया देखी है, एक बहुत सोहणे सोहणे रंग सीगे हुण रंगहीन हो चुके हो, कोई रोसा है रब तों कि वी असी की गुनाह कीता सी वी साडी निगाह एकदम जिहड़ी दोवां भरावां दी साडी बंद करती? कोई रब तों रोसा तां कोई नहीं जी, माओ जाए उहदी परमात्मा दी बहुत जानता है। अच्छा परिवार वाले ने सेवा जी कोई परिवार वाले जो पुराने थोड़ी पत्नी सी या थोड़ी लड़की सी यार उन्होंने जो परिवार वाले से उन्होंने कोई थोड़े ना संबंध करने की दोबारा गलबात करने की कोशिश नहीं की कदे? नहीं जी बहुत चाहते उन्होंने जो इरादा थी जितों उन्होंने मेरी बनी नहीं मैं जी पेंशन दी मम्मी वो माता कहती भी मेरी कुड़ी हथ पर सारे पैसे मेरी कुड़ी हथ पर धरे मैं कहा भी यह काम नहीं होना भी उन्हें अपनी पेंशन नहीं हथ पतारनी भी वो मर्जी है अपनी मर्जी ने दबे ना दबे। अच्छा, कोई मदद बलिहार जी सेवा सिंह जी कोई मदद हुण तक सरकार वालों पहुंची क्योंकि अनहीन जिहड़े हुंदे ने उन्हां वास्ते पेंशन भी लगी हुंदी है कोई पेंशन मिलदी है तुहानूं? इहनूं मिलदी है जी मेरी बंद हो गई। किन्ने मिलदे ने? 750। 750 वो मिल रही है हुण तक? हाँ जी। ते तुहानूं? नहीं जी मैनूं नहीं मिलदी जी।
ਤੁਹਾਨੂੰ ਪਹਿਲਾਂ ਮਿਲਦੀ ਸੀ? ਪਹਿਲਾਂ ਮਿਲਦੀ ਸੀ, ਮੇਰੀ ਬੰਦ ਕਰਾਤੀ ਸਰਕਾਰ ਨੇ, ਉਹ ਜੇ ਕੇਸ ਲਾਉਣ ਕਰਕੇ ਮੇਰੀ ਬੰਦ ਹੋਈ ਹੋਈ ਹੈ ਜੀ। ਫਿਰ ਹੁਣ ਤੁਸੀਂ ਗੁਜ਼ਾਰਾ ਕਿਸ ਤਰੀਕੇ ਦਾ? ਬਸ ਹੀ ਮੰਗ ਮੌਕੇ ਲੋਕਾਂ ਦੇ। ਫਿਰ ਰੋਟੀ ਪਾਣੀ ਦਾ ਕਿਵੇਂ ਕਰਦੇ ਹੋ ਤੁਸੀਂ? ਰੋਟੀ ਪਾਣੀ ਦਾ ਬਾਬਾ ਜੀ ਆਈ, ਕਈ ਵਾਰ ਗੁਰਦੁਆਰੇ, ਇਹ ਵੀ ਵਿਚਾਰਾ ਗੁਰਦੁਆਰੇ ਹੀ ਖਾਂਦਾ, ਇਹ ਵਿਚਾਰੇ ਲੈ ਜਾਂਦੇ ਆ ਮੈਨੂੰ ਸਵੇਰੇ, ਉੱਥੇ ਖਿਲਾ ਲਿਓ ਉਹਨੇ, ਸ਼ਾਮ ਨੂੰ ਫਿਰ ਲੈ ਜਾਂਦੇ ਖਿਲਾ ਲਿਓ ਉਹਨੇ, ਉਹਦੇ ਖਾਈ ਜਾਂਦੇ। ਮੈਂ ਦੇਖ ਰਿਹਾ ਇਸ ਸਮੇਂ, ਮੈਂ ਖੁਦ ਇਮੋਸ਼ਨਲ ਹੋ ਰਿਹਾ, ਤੁਹਾਡੀ ਦੋਵਾਂ ਦੀ ਜਿਹੜੀ ਅੱਖਾਂ ਨੇ ਉਹ ਨਮ ਨੇ, ਅੱਖਾਂ ਦੇ ਵਿੱਚ ਹੰਝੂ ਨੇ। ਕੋਈ ਕਦੇ ਕਦੇ ਕੋਈ ਰੋਸਾ ਨਹੀਂ ਹੁੰਦਾ ਰੱਬ ਨਾਲ ਵੀ, ਰੱਬ ਅਸੀਂ ਕੀ ਕੀਤਾ ਸੀਗਾ ਵੀ ਸਾਡੇ ਨਾਲ ਇੰਨਾ ਮਾੜਾ? ਜੋ ਹੁਣ ਮੈਂ ਸੋਚ ਸਕਦਾ ਵੀ ਚਲੋ ਤੁਸੀਂ ਵੀ, ਇਹ ਦੋਨੇ ਜਿਹੜੇ ਭਰਾ ਨੇ, ਮੈਂ ਦੱਸ ਦੇਵਾਂ ਦਰਸ਼ਕਾਂ ਨੂੰ ਕਿ ਦੋਨੇ ਭਰਾ ਜਿਹੜੇ ਨੇ ਅਨਪੜ੍ਹ ਨੇ। ਬਾਈ ਹੁਣੀ ਦੀ 25% ਅੱਖ ਸੀ ਅਤੇ ਬਾਈ ਜਿਹੜੇ ਸੀਗੇ ਬਹੁਤ ਠੀਕ ਤਰੀਕੇ ਨਾਲ ਦੇਖਦੇ। 2002 ਦੇ ਵਿੱਚ ਇਹਨਾਂ ਦਾ ਪੂਰਾ ਪਰਿਵਾਰ ਸੀ, ਵਿਆਹ ਹੋਇਆ ਸੀ, ਖੁਸ਼ਹਾਲ ਪਰਿਵਾਰ ਸੀ, ਇੱਕ ਧੀ ਸੀ ਇਹਨਾਂ ਕੋਲ। ਅਤੇ 2005 ਦੇ ਵਿੱਚ ਅਚਾਨਕ ਸਕੂਟਰ ਦੇ ਵਿੱਚ ਪਿੱਛੇ ਬੈਠੇ ਸੀਗੇ ਅਤੇ ਜਾ ਰਹੇ ਸੀ ਅਤੇ ਅਚਾਨਕ ਜਿਹੜੀ ਇਹਨਾਂ ਦੀ ਅੱਖ ਬੰਦ ਹੋ ਗਈ, ਕਾਲਾ ਮੋਤੀ ਆ ਬਲਿਹਾਰ ਸਿੰਘ ਜੀ ਨੂੰ ਦੱਸਿਆ ਗਿਆ ਸੀਗਾ। ਅਤੇ ਇਹਨਾਂ ਦੀ ਅੱਖ ਤਾਂ ਫਿਰ ਬਲਿਹਾਰ ਜੀ, ਕੋਈ ਪਰਿਵਾਰ ਦੇ ਵਿੱਚ ਮਾਤਾ ਜੀ ਨੂੰ ਜਾਂ ਪਿਤਾ ਜੀ ਨੂੰ ਪਹਿਲਾਂ ਕੋਈ ਐਸੀ ਕੋਈ ਪ੍ਰੋਬਲਮ, ਕੋਈ ਜੀਨਸ ਦੇ ਵਿੱਚ ਆਈ ਹੋਵੇ ਕਦੇ, ਸੀਗੀ ਕੋਈ ਪ੍ਰੋਬਲਮ? ਨਹੀਂ ਜੀ ਨਹੀਂ, ਹੁਣ ਤਾਂ ਕਦੇ ਦਵਾਈ ਵੀ ਨਹੀਂ ਲੈਤੀ ਜੀ, ਕਦੇ ਅੱਖਾਂ ਦੀ ਦਵਾਈ ਵੀ ਨਹੀਂ ਲੈਂਦੀ ਕਦੇ। ਨਹੀਂ। ਅੱਛਾ, ਕੋਈ ਸੇਵਾ ਸਿੰਘ ਜੀ, ਕੋਈ ਸਰਕਾਰ ਵੱਲੋਂ ਕੋਈ ਮਦਦ ਕੀਤੀ, ਕੋਈ ਕੋਈ ਬੰਦਾ ਹੀ ਆਇਆ ਹੋਵੇ ਤੁਹਾਡੇ ਤੱਕ, ਕੋਈ ਮਦਦ ਕੀਤੀ ਹੋਵੇ ਤੁਹਾਡੀ ਇਹ ਦਰਦ ਭਰੀ ਕਹਾਣੀ ਸੁਣ ਕੇ, ਕੋਈ ਮਦਦ ਪਹੁੰਚੀ ਤੁਹਾਡੇ ਤੱਕ ਹੁਣ ਤੱਕ? ਨਹੀਂ ਨਹੀਂ ਜੀ, ਬਾਕੀ ਇੱਕ 22 ਬੰਦੇ ਆਏ ਨੇ, ਆਸਟ੍ਰੇਲੀਆ ਤੋਂ ਬੰਦੇ ਆਏ ਨੇ ਜੀ, ਸਤਵੰਤ ਸਿੰਘ ਦੀਗਾ, ਉਹਨਾਂ ਦੇ ਮੋਢੀ ਹੈਗੇ ਨੇ ਭੌਰਲੇ ਤੋਂ, ਬਲਵੀਰ ਸਿੰਘ ਜੀ ਚਾਬੇ ਭੌਰਲੇ ਤੋਂ, ਉਹਨੇ ਸਾਡੇ ਕੋਠੇ ਦੇ ਫਰਸ਼ ਪਾਇਆ ਜੀ, ਆ ਵਿਹੜੇ 'ਚ ਫਰਸ਼ ਲਵਾਇਆ, ਇਹਦੇ ਮੇਰੇ ਭਰਾ ਦੇ ਕੋਠੇ ਦੇ ਫਰਸ਼ ਲਵਾਇਆ, ਅਤੇ ਬਸ ਇੱਕ ਜਮ ਜਿਹੜਾ ਮੁੰਡਾ ਪਹਿਲਾਂ ਰੋਟੀ ਪਾਣੀ ਮੈਨੂੰ ਦਿੰਦਾ ਸੀਗਾ, ਮੇਰੀ ਮਾਤਾ ਸਾਂਭੀ ਆ, ਉਹਨਾਂ ਦੇ ਉਹਨਾਂ ਨੇ ਲੈਂਟਰ ਪਵਾ ਤਾ। ਦਰਸ਼ਕੋ, ਅੱਖਾਂ ਜਿਹੜੀਆਂ ਨੇ ਨਾ ਨਮ ਨੇ ਇਸ ਸਮੇਂ, ਬਲਿਹਾਰ ਸਿੰਘ ਜੀ ਦੀ ਅੱਖਾਂ ਵੀ, ਅੱਖਾਂ ਦੇ ਵਿੱਚ ਵੀ ਹੰਝੂ ਨੇ ਅਤੇ ਸੇਵਾ ਸਿੰਘ ਦੀ ਅੱਖਾਂ ਦੇ ਵਿੱਚ ਵੀ ਹੰਝੂ ਨੇ। ਬਹੁਤ ਮੁਸ਼ਕਲ ਹੈ, ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਇੱਕ ਤਾਂ ਜਿਹੜੇ ਸ਼ੁਰੂ ਤੋਂ ਨਹੀਂ ਦੇਖ ਸਕਦੇ ਕਿਉਂਕਿ ਉਹਨਾਂ ਨੇ ਦੁਨੀਆ ਦੇਖੀ ਹੀ ਨਹੀਂ, ਦੁਨੀਆ ਦੇਖਣ ਦਾ ਚਾਅ ਹੁੰਦਾ, ਪਰ ਇੱਕ ਉਹ ਬਾਪ ਮੇਰੇ ਸਾਹਮਣੇ ਇਸ ਸਮੇਂ ਬੈਠਾ ਆ, ਮੈਂ ਤਾਂ ਸੁਣ ਕੇ ਹੈਰਾਨ ਹੋ ਚੁੱਕਾ ਹਾਂ ਕਿ ਜਿਸ ਦੀ ਇੱਕ ਧੀ ਸੀ ਉਹ ਆਪਣੀ ਧੀ ਨੂੰ ਦੇਖਣ ਵਾਸਤੇ ਹੁਣ ਤਰਸਦਾ, ਮੇਰੇ ਬਿਲਕੁਲ ਨਜ਼ਦੀਕ ਬੈਠੇ ਨੇ, ਅੱਖਾਂ ਦੇ ਵਿੱਚ ਹੰਝੂ ਨੇ। ਇਧਰਲੀ ਸਾਈਡ ਮੇਰੇ ਬਾਈ ਬਾਬਾ ਜੀ ਵੀ ਨੇ। ਬਾਬਾ ਜੀ, ਆਪਣਾ ਕੀ ਨਾਮ ਹੈ? ਕਰਨੈਲ ਸਿੰਘ ਹੈ। ਕਰਨੈਲ ਸਿੰਘ ਜੀ, ਵੀ ਜਿਵੇਂ ਦੋਹੇ ਭਰਾ ਨੇ, ਇਹਨਾਂ ਨੂੰ ਦਿੱਕਤ ਆਉਂਦੀ ਹੈ, ਫਿਰ ਇਹ ਜਾਂਦੇ ਬਾਹਰ ਅੰਦਰ ਕਿਵੇਂ ਜਾਂਦੇ ਨੇ? ਸੌ ਚੀਜ਼ ਹੁੰਦੀ ਹੈ, ਨਹਾਉਣਾ ਬੰਦੇ ਨੇ, ਵਾਸ਼ਰੂਮ ਨਹਾਉਣਾ ਧੋਣਾ ਤਾਂ ਇਹ ਕਰ ਲੈਂਦੇ ਨੇ ਜੀ ਆਪੇ, ਐਂ ਤਾਂ ਕੱਪੜੇ ਆਪਣੇ ਆਪ ਧੋ ਲੈਂਦੇ ਨੇ। ਜੇ ਕਿਤੇ ਬਾਹਰ ਅੰਦਰ ਜਾਣਾ ਫਿਰ ਮੈਂ ਲੈ ਕੇ ਜਾਂਦਾ, ਮੈਨੂੰ ਸੱਦ ਲੈਂਦੇ ਨੇ ਜਦੇ ਫੋਨ ਕਰਕੇ, ਆ ਜੇ ਹੁਣ ਰੋਟੀ ਰੋਟੀ ਖਿਲਾ ਕੇ ਮੈਨੂੰ, ਮੈਂ ਤਾਂ 12:30 ਡੇਢ ਵਜੇ ਛੱਡ ਕੇ ਗਿਆ ਵਾਂ, ਹੁਣ ਅਜੇ ਹੁਣੇ ਹੀ ਗਿਆ ਤਾ ਜੀ ਇਹਨਾਂ ਕੋਲ, ਉੱਥੇ ਹੋਰ ਇਹਨਾਂ ਦਾ ਹੱਸੀ ਜਾਣਾ ਖੇਲੀ ਜਾਣਾ। ਕੋਈ ਕੋਈ ਇਹ ਪਰੇਸ਼ਾਨੀ, ਤੁਸੀਂ ਸਭ ਤੋਂ ਕਰੀਬ ਹੋ ਇਹਨਾਂ ਦੇ, ਅਕਸਰ ਕਈ ਵਾਰ ਇੱਦਾਂ ਹੋ ਜਾਂਦਾ ਵੀ ਜਦੋਂ ਹੁਣ ਅਸੀਂ ਬਾਹਰੋਂ ਆਏ ਹਾਂ, ਕਈ ਵਾਰ ਸਾਨੂੰ ਇਹ ਆਪਣਾ ਇੰਨਾ ਦੁੱਖ ਨਾ ਦੱਸਦੇ ਹੋਣ, ਕੋਈ ਦੁੱਖ ਸ਼ਾਇਦ ਤੁਹਾਡੇ ਨਾਲ ਸਾਂਝਾ ਕਰਦੇ ਹੋਣਗੇ, ਦਿਲਾਂ ਦੇ ਜਿਹੜੇ ਵਰਖੇ ਹੋਣਗੇ ਤੁਹਾਡੇ ਨਾਲ ਫੋਲਦੇ ਹੋਣਗੇ? ਕਰਦੇ ਜੀ, ਬਹੁਤ ਕਰਦੇ, ਬਹੁਤ ਕਰਦੇ ਹਾਂ, ਇੱਦਾਂ ਤਾਂ ਅਸੀਂ ਇੱਦਾਂ ਤਾਂ ਸਾਰੇ ਦੁੱਖ ਸੁੱਖ ਕਰਦੇ ਹਾਂ। ਜੇ ਕੋਈ ਨੂੰ ਇਹ ਕਹਿਣਾ ਵੀ ਜਿੰਨਾ ਚਿਰ ਤੱਕ ਮੈਂ ਹੈਗਾ, ਮੇਰੀ ਨਿਗਾਹ ਤੁਰਦਾ ਫਿਰਦਾ ਵੀ, ਉਹਨਾਂ ਚਿਰ ਤੱਕ ਨਹੀਂ ਤੁਹਾਨੂੰ ਕੁਛ ਹੋਣਾ। ਦੋਸਤੋ, ਅਕਸਰ ਆਪਾਂ ਰੱਬ ਤੋਂ ਬਹੁਤ ਰੋਸੇ ਹੁੰਦੇ ਨੇ, ਆਪਾਂ ਅਕਸਰ ਰੱਬ ਦੇ ਕੋਲੋਂ ਰੁੱਸ ਜਾਂਦੇ ਹਾਂ ਕਿ ਰੱਬ ਸਾਨੂੰ ਆ ਨਹੀਂ ਦਿੱਤਾ। ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਸਾਈਕਲ 'ਤੇ ਚੱਲਣ ਵਾਲਾ ਬੰਦਾ ਮੋਟਰਸਾਈਕਲ ਭਾਲਦਾ, ਮੋਟਰਸਾਈਕਲ 'ਤੇ ਚੱਲਣ ਵਾਲਾ ਗੱਡੀ ਭਾਲਦਾ, ਗੱਡੀ ਵਾਲਾ ਵੱਡਾ ਮਕਾਨ ਭਾਲਦਾ, ਪੈਸੇ ਭਾਲਦਾ, ਸ਼ੋਹਰਤ ਭਾਲਦਾ, ਪਰ ਕਈ ਵਾਰ ਜਦ ਅਸਲ ਗਰਾਊਂਡ ਰਿਐਲਿਟੀ 'ਤੇ ਫਿਰਦੇ ਹੁੰਦੇ ਹਾਂ ਨਾ ਦੁਨੀਆ ਦੇ ਵਿੱਚ, ਤਾਂ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਬਾਈ ਉਹਨਾਂ ਦੇ ਕੋਲ ਆਏ ਸੀ, ਸਾਡੇ ਤੱਕ ਇੱਕ ਵੀਡੀਓ ਪਹੁੰਚੀ ਸੀਗੀ, ਇੱਕ ਕਲਿੱਪ ਪਹੁੰਚੀ ਸੀਗੀ ਬਾਈ ਉਹਨਾਂ ਦੀ, ਇੱਕ ਨੇਤਰਹੀਨ ਨੇ, ਕਿਸ ਤਰੀਕੇ ਨਾਲ ਦੋ ਸਗੇ ਭਰਾ ਨੇ ਨੇਤਰਹੀਨ ਨੇ, ਮੇਰਾ ਤਾਂ ਅੰਦਰੋਂ ਜਿਹੜਾ ਹਿਰਦਾ ਵੱਲ ਰੂੰਦਿਆ ਗਿਆ ਜੀ, ਵੀ ਮੈਂ ਜਦ ਇਹਨਾਂ ਦੀ ਗੱਲਬਾਤ ਸੁਣੀ, ਜਦ ਬਾਈ ਉਹਨਾਂ ਦੀ ਇਹ ਚੀਜ਼ ਸੁਣੀ, ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਵਿਆਹੇ ਹੋਏ ਨੇ, ਅਤੇ ਵਿਆਹ ਤੋਂ ਬਾਅਦ ਜਿਹੜਾ ਆ ਜਿਹੜੀ ਕੁੜੀ ਸੀ ਇਹਨਾਂ ਨੂੰ ਛੱਡ ਕੇ ਚੱਲ ਗਈ ਸੀ, ਤਲਾਕ ਲਿਆ ਸੀਗਾ। ਤੁਸੀਂ ਇੱਕ ਵਾਰ ਦਰਸ਼ਕੋ ਸੋਚ ਕੇ ਵੇਖੋ ਉਸ ਪਿਤਾ ਦੇ ਉੱਤੇ ਕੀ ਬੀਤਦੀ ਹੋਊਗੀ, ਜਿਸਨੇ ਇੱਕ ਦੁਨੀਆ ਦੇਖੀ ਹੈ। 100 ਸੁਪਨੇ ਹੁੰਦੇ ਨੇ ਕਿ ਮੈਂ ਆਪਣਾ ਪਰਿਵਾਰ ਵਸਾਊਂਗਾ, ਹੱਸਦਾ ਵਸਦਾ ਰਹੂੰਗਾ ਆਪਣੇ ਪਰਿਵਾਰ ਦੇ ਨਾਲ, ਇੱਕ ਖੁਸ਼ਹਾਲ ਪਰਿਵਾਰ ਵਸ ਵੀ ਗਿਆ ਸੀ, ਪਰ ਰੱਬ ਨੇ ਐਸੀ ਕਰਾਮਾਤ ਕੀਤੀ ਕਿ ਉਹ ਜਿਹੜਾ ਪਰਿਵਾਰ ਸੀਗਾ ਹੱਸਦਾ ਸ਼ਾਇਦ ਦੇਖਿਆ ਨਹੀਂ ਗਿਆ। ਕੋਈ ਮਦਦ ਨਹੀਂ ਹੁਣ ਤੱਕ ਪਹੁੰਚੀ, ਸਿਰਫ ਇੱਕ ਮਦਦ ਜਿਵੇਂ ਦੱਸ ਰਹੇ ਨੇ ਕਿ ਉਹ ਕਲਿੱਪ ਦੇਖ ਕੇ ਇੱਕ ਮਦਦ ਇਹਨਾਂ ਨਾਲ ਜ਼ਰੂਰ ਪਹੁੰਚੀ ਸੀਗੀ। ਪਿੱਛੇ ਜੇ ਮੈਂ ਇੱਕ ਵੀਡੀਓ ਕੀਤੀ ਸੀਗੀ ਲਵਪ੍ਰੀਤ ਮੁੰਡਾ ਖੰਨੇ ਦਾ ਸੀਗਾ, ਉਸ ਤੱਕ ਵੀ ਬਹੁਤ ਮਦਦ ਪਹੁੰਚੀ ਹੈ।
मैं उम्मीद करदा भी जे मेरी कोई वीडियो देख रहा है दर्शक, खास करके जे बाहरों अंदरों कितों विदेश विदेश तो जो वीडियो देख रहे हैं, कोटला बड़ला पिंड है जी, जिला फतेहगढ़ साहब, खमाणो के नज़दीक पिंड है, खन्ने के कोल भी पै जाता है, गोविंदगढ़ कोल पै जाता है, खन्ने गोविंदगढ़ वाले इलाके के बिल्कुल नज़दीक जिहड़ा पिंड पैंदा है। तो कोटला बड़ला पिंड के जिहड़े बाई ने बलिहार जी, तो इधरली साइड जो देख सकते हो सरदार जिहड़े बैठे ने, ये सेवा सिंह जी ने, इन्हां दे छोटे ब्रदर ने, नेत्रहीन ने, माता जी का देहांत हो गया सी पिछले साल इस गम दे विच कि ये मेरे जाण तो बाद जिहड़े ने जिंदगी किवें बतीत करनगे। इधरली साइड बजुर्ग बैठे ने, इन्हां दा कहना कि जद तक मेरी अखां ने मैं इन्हां नूं सांभदा रहूँगा, पर बहुत मुश्किल है। मैं उम्मीद करदा जे किसी चंगे दिल बंदे तक ये वीडियो पहुँच रही है, यार तुसी प्लीज़, आपां अक्सर कई बार बहुत पैसे खर्च दिंदे आ, अक्सर नजायज़ पैसे आपां उड़ाउंदे आ, कुछ मदद इन वास्ते की जाए, कुछ हेल्प इन वास्ते की जाए। बलिहार जी मैं चाहूँगा तुसी अपना एक नंबर है ना जिहड़ा, नंबर जरूर बोल दो क्या, ताकि जे तुहानू जिथे भी थोड़ी वीडियो पहुँच रही है वो थोड़े नंबर सुन के तुहानू कॉन्टैक्ट जरूर कर लिया करना। 9768 जी, एक दोबारा बोल दो जी, 9768 74874 9768 74874 9768 74874 9768 74874 जिहड़ा नंबर है ये बलिहार सिंह जी उन्हां दा नंबर है। तो मेरे नाल एक होर नंबर जिहड़ा सेवा सिंह जी दा है, मैं वो भी तुहाडे नाल सांझा कर दूंगा। ये दो नंबर ने दर्शको, दो नंबर जरूर तुहाडा टीवी स्क्रीन पर इस समय जिहड़ा तुहाडा नंबर फ्लैश हो रहा है, ये नंबर है 7986520991 7986520991 ये सेवा सिंह जी का नंबर है। तो बलहार सिंह का नंबर मैं पहला बोल दिता है, कोई भी बनती मदद जिनी तुसी कर सकते हो तुसी जरूर इस परिवार तक पहुँचाओ, क्योंकि अक्सर मेरा साढ़े चैनल का यह फर्ज हुंदा है, साढ़े चैनल का बस एक ही एक ये हुंदा है हीला कि किसी तरीके दे नाल जिहड़े मददगार लोग ने उन्हां तक कुछ मदद जिहड़ी आ पहुँच सके। आपां अक्सर कमाउने आ अपने परिवार लिए कमाउने आ, पर जद इन्हां दी मैं कहानी सुनी मैं खुद खिचया गया कि मैं क्यों ना इन्हां तक मिल के आवां, जे मेरे करके इन्हां दा कुछ भला हुंदा तां मैं अपने आप नूं बड़ा माणयोग समझूंगा, बड़ा किस्मत वाला समझूंगा। उम्मीद करदे आ दोस्तों वीडियो चंगी नहीं मैं कहूँगा, क्योंकि अक्सर मैं कहना कि वीडियो चंगी लगी होगी, पर बस मैं इन्ना एक उम्मीद करदा कि जिन्ने स्रोतों तक ये वीडियो पहुँचती है जिनी बनती मदद तुसी कर सकते हो प्लीज़ इस परिवार तक बनती मदद जरूर भेजो। किस तरीके बेचारे हालात गुजारते हैं, मैं एक बार कैमरामैन घुमा के कहूँगा कि घर की जी घर की हालत है वह भी दिखाने की कोशिश करूँगा। मैं कहूँगा कि मेरे नाल अंदर आउण, इस समय ये असी एक घर के जिहड़ा इन्हां दा घर है, उपर तुसीं देख सकते हो पहला छत चौंदी हुंदी सी, ये छत, हाँ जी ये प्लीज़ खोल दिओ दरवाजा, आ जिहड़ी छत चौंदी हुंदी सी आ एक अंदर जिहड़ा आ कमरा है, एक कमरा बनिया होया, इस दे विच एक सिर्फ संदूक पिया आ, छोटी जी पेटी पई है, एक छोटा जिहा बैड है, कोई बर्तन नहीं मैं कह सकता, कोई कुछ नहीं, पर बहुत मैं कह सकता कि बहुत खस्ता हालत जिहड़ी है इस घर की होई हुई है। ये इन्हां दे माता जी ने, कुलदीप कौर जी, सरदारनी कुलदीप कौर जी, जिन्हों का देहांत 2/3/2020 जिहड़ा आ देहांत हो गया सीगा। तुसी देख सकते हो घर की हालत किस तरीके दे आया, इधर कुछ बहुत माड़ी खस्ता हालत हुई हुई है, बहुत ज़्यादा खस्ता हालत है, किस तरीके दे नाल ये गुजारा करते होंगे। बस एक छोटा जा संदूक जहा पिया आ, इस दे विच इन्हां दे कुछ कपड़े ने, कुछ कपड़े इन्हां ने आ टंगे हुए हैं, तो बाहर की हालत जो मैं दिखा देव, बाहर चल के मैं दिखाऊँगा केतली साइड भी जिहड़ा आ, आ एक छोटा जा दरवाजा एंट्रेंस आ, बस आ इन्ना की ये चार दीवारी आ, इन्नी की ही चार दीवारी आ जिथे ये रेंदे ने, किस तरीके दे नाल गुजारा करते होंगे। मैं सोच के भी मैं हैरान हुन्ना आ भी किस तरीके दे नाल ए। तुसी सिर्फ एक चीज़ सोच के देखो कि जि मान लो थोड़ी अखां बहुत ठीक ने, तो एकदम थोड़ी अखां नूं देखना बंद हो जाए तो तुसी की करो। अच्छा बाबा जी आपां की काम करदे आ? वैसे मैं बस खेतीबाड़ी की माड़ी मोटी दिहाड़ी रूड़ी करदा, नौकरी करदा जट्टां जट्टां गल जिमीदारा का नौकरी करता है बई, उतों जोड़ा जो भी होंगे कुछ तो असं तेल तूल भी फूक दें फिर तुरते, उस अपना एक ने खा पी लेने जिते जाना आना बाहर अंदर खाना पीना सब कुछ। ये हम बिहार जी तो सेवा सिंह जी थोड़े को बैठे ने, तुम इन्होंने को अक्सर जिम्मे अपनी पहला भी गलबात हुई कि अक्सर दिलों के जो वर्के थोड़े ना खोलते हैं साझे करते हैं, कई कई बार पैसे टुकती कई बार लोड़ होंगी है, जिमें हम इन्हों पेंशन नहीं मिलती, सेवा सिंह जी ने बकायदा चल 700 रुपया पेंशन मिलती है, पर 700 रुपया भी की होंगे मैं समझ नहीं सकता, तो ये कोई पैसा टुक थोड़े तो मंगते हैं? मंगते हैं जी, हाँ पिंड चों भी इन्हों कोई माड़ा मोटा दे दिता, एक घर है जी वो दे दिता जी, उन्होंने ले लेना
ਕਿਵੇਂ ਜੀ? ਜਸਪਾਲ ਸਿੰਘ ਲੰਬੜਦਾਰ ਸਾਡੇ ਪਿੰਡੋਂ। ਹਾਂਜੀ, ਉਹਨਾਂ ਦੇ ਭਰਾ ਤੋਂ ਲੈ ਲੈਣਾ। ਅੱਛਾ, ਉਹ ਦੇ ਦਿੰਦੇ ਨੇ ਪੈਸੇ? ਅੱਛਾ, ਕੋਈ ਪਿੰਡ ਕੋਈ ਹੋਰ ਰਿਸ਼ਤੇਦਾਰ ਨਹੀਂ ਆਏ ਤੁਹਾਡੇ ਨਾਲ ਤੁਹਾਡੀ ਮਦਦ ਕਰਨ? ਆਏ ਨਹੀਂ ਕੋਈ ਰਿਸ਼ਤੇਦਾਰ? ਕੋਈ ਨਹੀਂ ਆਇਆ ਜੀ। ਬਾਕੀ ਮੁੰਡਾ ਖੰਨੇ ਤੋਂ ਆ ਜੀ, ਉਹਦਾ ਆਪਣਾ ਕੰਮ ਆ ਰੋੜੀਦਾਰ ਸੀਮੈਂਟ ਦਾ, ਜੋ ਨੂੰ ਉਹਦੇ ਕਈ ਵਾਰ ਉਹ ਦੇ ਦਿੰਦਾ ਮੈਂ ਥੋੜ੍ਹੇ ਬਹੁਤ ਪੈਸੇ ਦੇ। ਹਾਂ। ਅੱਛਾ ਬਾਪੂ ਜੀ, ਕੋਈ ਪਰਿਵਾਰ ਜਿਵੇਂ ਰਿਸ਼ਤੇਦਾਰ ਤਾਂ ਇੱਕ ਥੰਮ ਹੁੰਦੇ ਨੇ, ਰੀੜ੍ਹ ਦੀ ਹੱਡੀ ਹੁੰਦੇ ਨੇ ਇੱਕ ਬੰਦੇ ਦੀ, ਅਤੇ ਕੋਈ ਰਿਸ਼ਤੇਦਾਰ ਇਹਨਾਂ ਤੱਕ ਪਹੁੰਚੇ ਨਹੀਂ ਇਹਨਾਂ ਦੇ? ਨਾ ਜੀ ਨਾ, ਮੈਂ ਤਾਂ ਕਦੇ ਕੋਈ ਦੇਖਿਆ ਨਹੀਂ, ਮੈਂ ਕਦੇ ਇਹਨਾਂ ਦਾ ਕੋਈ ਰਿਸ਼ਤੇਦਾਰ ਦੇਖਿਆ। ਜਿਸ ਟਾਈਮ ਭੋਗ ਪਿਆ ਇਹਨਾਂ ਦੀ ਮਾਈ ਦਾ, ਜਦ ਸਭਰੇ ਰਿਸ਼ਤੇਦਾਰ ਆਏ ਹੋਏ ਸੀ, ਮੁੜ ਕੇ ਕੋਈ ਰਿਸ਼ਤੇਦਾਰ ਨਹੀਂ ਦੇਖਿਆ। ਦਿਹਾੜੀ 'ਚ 3-3 ਗੇੜੇ ਲਾਉਂਦਾ ਮੈਂ, ਕਈ ਵਾਰੀ ਰਾਤ ਨੂੰ ਵੀ ਉਰੇ ਹੀ ਪੈ ਜਾਂਦਾ ਇਹਨਾਂ ਦੇ ਕੋਲ, ਜਿਵੇਂ ਕਹਿ ਦਿੰਦੇ ਉਰੇ ਪੈ ਜਾ ਤਾਂ ਉਰੇ ਪੈ ਜਾਣਾ। ਨਹੀਂ, ਰਿਸ਼ਤੇਦਾਰਾਂ ਨਾਲ ਗੱਲਬਾਤ ਨਹੀਂ ਕੀਤੀ ਤੁਸੀਂ? ਆਪ ਨਹੀਂ ਫੋਨ ਕੀਤਾ? ਕੀ ਕਹਿੰਦੇ ਨੇ? ਉਹ ਤਾਂ ਬਹੁਤ ਰਿਸ਼ਤੇਦਾਰ ਸੋਹਣੇ ਤਕੜੇ ਨੇ ਇਹਨਾਂ ਦੇ ਮਾਮੇ ਦੇ ਮੁੰਡੇ, ਪਰ ਉਹ ਜਵਾਬ ਦੇ ਗਏ ਕੀ, ਜਿਸ ਦਿਨ ਇਹਦੀ ਮਾਂ ਦੀ ਡੈਥ ਹੋਣੀ ਸੀ, ਡਾਕਟਰ ਨੇ ਜਵਾਬ ਦੇ ਦਿੱਤਾ ਵੀ ਇਹ ਤਾਂ ਖਤਮ ਹੋ ਗਈ। ਉਹਨੂੰ ਫੋਨ ਕਰਿਆ ਦੇ ਮਾਮੇ ਦੇ ਮੁੰਡੇ ਨੂੰ ਵੀ ਭਾਈ ਆ ਜਾ ਖਤਮ ਹੈ, ਕਹਿੰਦਾ ਮੈਂ ਕੀ ਕਰਾਂ। ਮੁੜ ਕੇ ਇਹਨਾਂ ਨੇ ਵੀ ਉਹਦੇ ਗਾ ਬੋਲਬਾਣੀ ਛੱਡ ਦਿੱਤੀ, ਮੈਂ ਵੀ ਕਿਆ ਕਰਨੀ ਸੀ। ਇੱਕ ਦਿਨ ਵੀ ਆਏ ਹੁਣ ਸ਼ਾਇਦ ਇੱਥੇ ਆ ਕੇ ਇਹਨਾਂ ਦਾ? ਨਾ 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 ਨਾ, ਮੈਂ ਨਹੀਂ ਜੀ ਬਲਿਆਰ ਆਏ ਤਾਂ ਨਹੀਂ ਹੈਗਾ। ਨਹੀਂ ਆਏ ਨਹੀਂ, ਮੈਂ ਤਾਂ ਕਦੇ ਦੇਖੀ ਨਹੀਂ ਡੈਡੀ 'ਚ ਕਈ ਕਈ ਗੇੜੇ ਲਾਉਂਦਾ ਜੀ ਮੈਨੂੰ ਕੋਲ, ਜਦ ਮੈਨੂੰ ਫੋਨ ਕਰਨੇ ਮੈਂ ਜਦੇ ਆ ਜਾਂਦਾ। ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈ, ਆਇਆ ਨਹੀਂ, ਮੈਂ ਦੇਖਿਆ ਨਹੀਂ ਹੈਗਾ ਕੋਈ। ਨਹੀਂ ਤਾਂ ਮੈਨੂੰ ਪਤਾ ਹੁੰਦਾ ਵੀ ਰਿਸ਼ਤੇਦਾਰ ਆ ਗਿਆ, ਫਿਰ ਇਹ ਫਿਰ ਵੀ ਫੋਨ ਕਰਨ ਦਾ, ਆਹ ਰਿਸ਼ਤੇਦਾਰ ਆ ਗਿਆ, ਮੈਂ ਜਦੇ ਆ ਜਾਂਦਾ। ਜਦੇ ਆ ਮੋਟਰਸਾਈਕਲ ਮੇਰੇ ਕੋਲ ਹੈ, ਜਦੇ ਹੀ ਆਪਣਾ ਆ ਕੇ ਇਹਦੇ ਕੋਲ, ਬਾਈ ਹੀ ਜਾਂ 2-4 ਮਿੰਟ ਉੱਧਰ ਉੱਧਰ ਕਰੂੰਗਾ, ਨਹੀਂ ਜਦੇ ਹੀ ਆ ਜਾਂਦਾ। ਮੈਂ ਤਾਂ ਇਹ ਗੱਲ ਸੋਚੀ ਹੋਈ ਹੈ ਵੀ ਮੇਰੇ ਗੱਲ ਪਤਾ ਨਹੀਂ ਕੀ ਹੋਣਾ। ਮੇਰੇ ਨੇ ਬੱਚੇ ਹੈਗੇ ਆ, ਸਭ ਕੁਛ ਹੈਗਾ, ਪਰ ਕੋਈ ਉਹਨਾਂ ਦਾ ਸੁੱਖ ਸਾਰਾ ਨਹੀਂ। ਇਹ ਮੇਰੇ ਆਸਰੇ ਨੇ, ਮੈਂ ਇਹਨਾਂ ਦੇ ਆਸਰੇ, ਰੱਬ ਭਰੋਸੇ। ਮੈਂ ਜਿਵੇਂ ਪਹਿਲਾਂ ਹੀ ਰੋਟੀ ਗੁਰਦੁਆਰੇ ਖਾਂਦੇ ਹਾਂ। ਅੱਛਾ, ਗੁਰਦੁਆਰਾ ਸਾਹਿਬ ਦੇ ਵਿੱਚ ਰੋਟੀ ਖਾਂਦੇ? ਹਾਂਜੀ ਹਾਂਜੀ। ਅੱਛਾ ਜੀ, ਮੈਨੂੰ ਜੀ ਮੇਰੇ ਕੋਲ ਮਤਲਬ ਜਸਪਾਲ ਸਿੰਘ ਨੰਬਰਦਾਰ ਕਈ ਵਾਰ ਉਹਨਾਂ ਨੇ ਨਹੀਂ ਖਾਇਆ ਹੁੰਦਾ। ਅੱਛਾ, ਕਈ ਵਾਰ ਆਪਣੇ ਇੱਧਰ ਮੁੰਡਾ ਆਪਣੇ ਅਮਨ ਮੇਰਾ ਦੋਸਤ ਹੈ। ਅੱਛਾ, ਚਲੋ ਮੈਂ ਸਮਝ ਸਕਦਾ ਤੁਹਾਡਾ ਜਿਹੜਾ ਦਰਦ ਹੈ। ਇਸ ਸਮੇਂ ਅੱਖਾਂ ਨਮ ਨੇ, ਅੱਖਾਂ ਨਮ ਹੋਣ ਦਾ ਯਾਰ ਮੈਂ ਨਾ ਸੋਚ ਨਹੀਂ ਸਕਦਾ ਦਰਸ਼ਕੋ ਵੀ। ਮੇਰੀ ਖੁਦ ਦੀਆਂ ਕਈ ਵਾਰ ਅੱਖਾਂ ਨਮ ਹੋ ਚੁੱਕੀਆਂ ਨੇ, ਪਰ ਕਿਸ ਤਰੀਕੇ ਨਾਲ ਕੰਟਰੋਲ ਕਰਦੇ ਹਾਂ ਇਹਨਾਂ ਦੇ ਹਾਲਾਤ ਦੇਖ ਕੇ, ਇਹਨਾਂ ਦੇ ਘਰ ਦੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਘਰ ਦੇ ਜਿਹੜੇ ਹਾਲਾਤ ਦਿਖਾ ਚੁੱਕਾ ਹਾਂ, ਕਿਸ ਤਰੀਕੇ ਦੇ ਨਾਲ ਇਹ ਦੋ ਭਰਾ, ਸਗੇ ਭਰਾ ਜਿਹੜੇ ਨੇ ਗੁਜ਼ਾਰਾ ਕਰਦੇ ਨੇ, 20 ਸਾਲ ਤੋਂ ਇਹਨਾਂ ਦੀ ਨਿਗਾਹ ਨਹੀਂ ਹੈਗੀ ਬਲਿਹਾਰ ਸਿੰਘ ਜੀ ਉਹਨਾਂ ਦੀ, ਅਤੇ ਸੇਵਾ ਸਿੰਘ ਜੀ ਨੂੰ ਵੀ ਤਕਰੀਬਨ ਜਿਹੜੇ ਮੈਂ ਕਹਿ ਸਕਦਾ ਹਾਂ ਕਿ 15 ਸਾਲ ਜਿਹੜੇ ਆ ਹੋ ਚੁੱਕੇ ਨੇ, 15-16 ਸਾਲ ਦਾ ਸਮਾਂ ਹੋ ਗਿਆ ਆ, ਕਿਸ ਤਰੀਕੇ ਦੇ ਨਾਲ ਗੁਜ਼ਾਰਾ ਕਰਦੇ ਹੋਣਗੇ ਤੁਸੀਂ ਸੋਚ ਕੇ ਵੇਖੋ। ਦਰਸ਼ਕੋ ਮੈਂ ਅਕਸਰ ਗੱਲ ਕਹਿਣਾ ਹੁੰਦਾ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਇਹਨਾਂ ਦੀ ਪਹਿਲਾਂ ਨਿਗਾਹ ਸੀ, ਤੁਸੀਂ ਇੱਕ ਗੱਲ ਆਪਣੇ 'ਤੇ ਐਗਜ਼ਾਮਪਲ ਲੈ ਕੇ ਦੇਖੋ। ਜੇ ਮੰਨ ਲਓ ਆਪਣੀ ਨਿਗਾਹ ਇੱਕਦਮ ਬੰਦ ਹੋ ਜੇ ਤਾਂ ਆਪਾਂ ਕੀ ਕਰਾਂਗੇ? ਇੱਕ ਪਿਤਾ ਆਪਣੀ ਧੀ ਨੂੰ ਦੇਖਣ ਵਾਸਤੇ ਤਰਸ ਰਿਹਾ ਵੀ ਇੱਕ ਟੁੱਕ ਉਹਦੀ ਨਿਗਾਹ ਦੇਖ ਲਵਾਂ ਮੈਂ, ਵੀ ਮੇਰੀ ਧੀ ਹੁਣ ਦੇਖਦੀ ਕਿਸ ਤਰੀਕੇ ਦੀ ਹੈ। ਅਕਸਰ ਕਹਿਣਾ ਹੁੰਦਾ ਕਿ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੰਗੀ ਸ਼ੇਅਰ ਕਰ ਦਿਓ, ਪਰ ਵੀਡੀਓ ਚੰਗੀ ਇਸ ਵਾਰ ਨਹੀਂ ਮੈਂ ਕਹੂੰਗਾ। ਮੈਂ ਸਿਰਫ ਇੰਨਾ ਕਹੂੰਗਾ, ਦਰਖਾਸਤ ਕਰੂੰਗਾ ਕਿ ਜਿੰਨੇ ਸਰੋਤੇ ਦੇਸ਼ ਵਿਦੇਸ਼ ਦੇ ਵਿੱਚ ਦੇਖ ਰਹੇ ਨੇ, ਜਿੰਨੀ ਬਣਦੀ ਮਦਦ ਹੈ ਇਸ ਪਰਿਵਾਰ ਤੱਕ ਜਲਦ ਤੋਂ ਜਲਦ ਭੇਜੀ ਜਾਵੇ। ਮੈਂ ਨੰਬਰ ਜਿਹੜਾ ਆ ਉਹ ਮੈਂ ਨੰਬਰ ਬੁਲਵਾ ਦਿੱਤਾ ਸੀਗਾ, ਤੁਸੀਂ ਵੀਡੀਓ ਨੂੰ ਦੁਬਾਰਾ ਪਲੀਜ਼ ਜਿਹੜਾ ਦੇਖ ਕੇ ਨੰਬਰ ਜਿਹੜਾ ਆ ਉਹ ਸਰਚ ਕਰ ਲਿਓ, ਨੰਬਰ ਜਿਹੜਾ ਆ ਉਹ ਸਰਚ ਕਰ ਲਿਓ ਇਹਨਾਂ ਦਾ, ਅਤੇ ਇਹਨਾਂ ਦੇ ਨੰਬਰ 'ਤੇ ਪਹੁੰਚ ਦੀ ਮਦਦ ਜਿਹੜੀ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ। ਹੋਰ ਇਹੋ ਜਿਹੇ ਜਿੰਨੇ ਮਦਦਗਾਰ ਨੇ ਮੈਂ ਤਾਂ ਖੁਸ਼ਕਿਸਮਤ ਸਮਝੂੰਗਾ ਆਪਣੇ ਆਪ ਨੂੰ, ਜੇ ਮੇਰੇ ਕਰਕੇ ਕਿਸੇ ਬੰਦੇ ਦੇ ਕੋਲ ਕੁਛ ਮਦਦ ਪਹੁੰਚਦੀ ਹੈ ਤਾਂ ਮੈਂ ਆਪਣੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੋਊਂਗਾ, ਅਤੇ ਆਪਣਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਮੰਨੂੰਗਾ ਕਿ ਮੇਰੇ ਕਰਕੇ ਕਿਸੇ ਦੇ ਘਰ ਜਿਹੜੀ ਹੈ ਇੱਕ ਖੁਸ਼ੀ ਦੀ ਲਹਿਰ ਥੋੜ੍ਹੀ ਜਿਹੀ ਜਿੰਨੀ ਕੁ ਅਸੀਂ ਦੇ ਸਕਦੇ ਹਾਂ ਉਨੀ ਕੁ ਪਹੁੰਚਦੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਣਦੇ ਲੋਕਾਂ ਤੱਕ ਜਿਹੜੀ ਹੈ ਮਦਦ ਇਹਨਾਂ ਪਰਿਵਾਰਾਂ ਤੱਕ ਜਿਹੜੀ ਹੈ ਇਸ ਪਰਿਵਾਰ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਪਿੰਡ ਕੋਟਲਾ ਬਡਲਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਖਮਾਣੋ ਖੰਨੇ ਦੇ ਬਿਲਕੁਲ ਨਜ਼ਦੀਕ ਦਾ ਪਿੰਡ ਹੈ ਇਹ। ਧੰਨਵਾਦ।